ਦੋਸਤੋ ਗੱਲ ਕਰਨ ਜਾ ਰਹੇ ਹਾਂ ਬਿੰਨੂ ਢਿੱਲੋਂ ਜੀ ਦੇ ਨਾਲ ਜਿਨ੍ਹਾਂ ਨੂੰ ਕਿ ਤੁਸੀਂ ਸ਼ਿੰਗਾਰਾ ਦੇ ਨਾਮ ਨਾਲ ਵੀ ਜਾਣਦੇ ਹੋ। ਸਤਿ ਸ਼੍ਰੀ ਅਕਾਲ ਬਿੰਨੂ ਢਿੱਲੋਂ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਸਾਰਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਬਿੰਨੂ ਢਿੱਲੋਂ ਜੀ, ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰਾਂਗੇ ਕਿ ਤੁਹਾਡਾ ਜਿਹੜਾ ਇਹ ਅਦਾਕਾਰੀ ਦਾ ਸਫ਼ਰ ਹੈ ਜਾਂ ਥੀਏਟਰ ਦਾ ਤੁਹਾਡਾ ਸਫ਼ਰ ਹੈ, ਇਹ ਕਿਸ ਤਰੀਕੇ ਨਾਲ ਅੱਗੇ ਵਧਿਆ? ਮੈਂ ਜੀ MA ਥੀਏਟਰ ਐਂਡ ਟੈਲੀਵਿਜ਼ਨ ਕੀਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜੀ। 98 ਦੇ ਵਿੱਚ ਮੇਰਾ ਪਹਿਲਾ ਸੀਰੀਅਲ ਆ ਗਿਆ ਸੀਗਾ ਜੀ, ਪਰਛਾਵੇਂ ਜੀ। ਅਤੇ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਮੈਂ 20-25 ਪੰਜਾਬੀ ਸੀਰੀਅਲ ਕੀਤੇ ਰਿਜਨਲ ਆਪਣੇ ਲੈਂਗੁਏਜ ਦੇ ਵਿੱਚ ਜੀ, ਅਤੇ ਹਿੰਦੀ ਦੇ ਵੀ 3-4 ਸੀਰੀਅਲ ਕੀਤੇ ਉਹਨਾਂ ਵੇਲਿਆਂ ਦੇ ਵਿੱਚ ਜੀ। ਅਤੇ ਉਸ ਤੋਂ ਬਾਅਦ ਹੀ ਮੇਰੀ ਪਹਿਲੀ ਪਿਕਚਰ ਆ ਗਈ ਸੀਗੀ ਜੀ, ਸੋਨੂੰ ਸੂਦ ਹੋਣਾ ਨਾਲ ਸੀਗੀ, ਸ਼ਹੀਦ ਆਜ਼ਮ ਜੀ। ਕਿਆ ਬਾਤ ਹੈ! ਹਾਂਜੀ, ਅਤੇ ਉਸ ਤੋਂ ਬਾਅਦ ਬਸ ਦੌਰ ਉਦੋਂ ਦਾ ਚੱਲਿਆ, ਮਿਹਨਤ ਕਰੀ ਜਾਂਦੇ ਹਾਂ ਜੀ। ਅਤੇ ਹੁਣ ਜਿਵੇਂ ਤੁਸੀਂ ਕਿ ਇੱਕ ਥੀਏਟਰ ਦੇ ਅਦਾਕਾਰ ਹੋ, ਤੁਸੀਂ ਸੀਰੀਅਸ ਰੋਲ ਵੀ ਕਰਦੇ ਹੋ, ਵਿਲਨ ਰੋਲ ਵੀ ਤੁਸੀਂ ਕੀਤੇ, ਬਟ ਕਮੇਡੀ ਦੇ ਵਿੱਚ ਤੁਹਾਨੂੰ ਲੋਕਾਂ ਨੇ ਇੱਕੋਦਮ ਕਿਉਂ ਕਲਿੱਕ ਕੀਤਾ? ਇਹ ਤਾਂ ਸਵੱਲੀ ਨਜ਼ਰ ਹੈ ਜੀ ਸਾਰੀ ਆਡੀਅੰਸ ਦੀ, ਸਾਰੇ ਮੈਨੂੰ ਮੇਰੇ ਚਾਹੁਣ ਵਾਲਿਆਂ ਦੀ, ਮੈਨੂੰ ਐਕਟਿੰਗ ਨੂੰ, ਮੇਰੀ ਐਕਟਿੰਗ ਨੂੰ ਪਿਆਰ ਕਰਦੇ ਨੇ ਜਾਂ ਮੈਨੂੰ ਪਿਆਰ ਕਰਦੇ ਨੇ ਜੀ। ਅਤੇ ਕਲਾਕਾਰ ਦਾ ਕੰਮ ਤਾਂ ਉਹ ਹੁੰਦਾ ਜੀ ਵੀ ਆਪਦਾ ਕੰਮ ਕਰਨਾ ਜੀ। ਮੈਂ ਆਪਦੇ ਆਪ ਨੂੰ ਐਕਟਰ ਮੰਨਦਾ ਜੀ ਵੀ ਹਾਂ ਮੈਂ ਥੋੜ੍ਹਾ ਬਹੁਤ ਕਰ ਲੈਣਾ ਸਹੀ, ਰੱਬ ਦੀ ਕਿਰਪਾ ਨਾਲ ਜੀ, ਆਪ ਸਭ ਦੀ ਕਿਰਪਾ ਨਾਲ ਜੀ ਜੀ। ਅਤੇ ਉਹਦੇ 'ਚ ਇਹ ਹੈ ਜੀ ਵੀ ਆਪਦੇ ਵੱਲੋਂ ਜਿਹੜਾ ਵੀ ਡਾਇਰੈਕਟਰ ਵੱਲੋਂ ਮੈਨੂੰ ਕਰੈਕਟਰ ਦਿੱਤਾ ਜਾਂਦਾ, ਮੈਂ ਉਹਦੇ ਵਿੱਚ ਆਪਦੇ ਵੱਲੋਂ 100% ਕਰਨ ਦੀ ਐਫਰਟ ਕਰਦਾ ਵੀ 100% ਕੋਸ਼ਿਸ਼ ਕਰਦਾ ਵੀ ਵਧੀਆ ਕਰਾਂ ਜੀ। ਅਤੇ ਬਾਕੀ ਸਾਰੇ ਸਵੱਲੀ ਨਜ਼ਰ ਤੁਹਾਨੂੰ ਦੱਸਿਆ ਵੀ ਉਹਨੂੰ ਵਧੀਆ ਲੱਗਿਆ ਕਮੇਡੀ ਵਾਲੇ ਪਾਸੇ। ਨੋਟੀ ਬਾਬਾ ਇਨ ਟਾਊਨ ਦੇ ਜਿਵੇਂ ਕਿ ਪਤਾ ਲੱਗਿਆ ਤੁਸੀਂ ਹੀ ਉਸਨੂੰ ਲਿਖਿਆ, ਤੁਸੀਂ ਹੀ ਡਾਇਰੈਕਟ ਕੀਤਾ, ਉਸ ਤੋਂ ਬਾਅਦ ਤੁਸੀਂ ਅਪਰੋਚ ਕੀਤੀ ਵੱਖੋ ਵੱਖ ਕਲਾਕਾਰਾਂ ਦੇ ਨਾਲ ਕਿ ਤੁਸੀਂ ਇੱਕ ਟੀਮ ਬਣਾ ਸਕੋ ਕਿ ਲਾਈਵ ਥੀਏਟਰ ਜੋ ਪੰਜਾਬ ਦਾ ਹੈ ਉਹ ਮੁੜ ਕੇ ਸੁਰਜੀਤ ਕੀਤਾ ਜਾ ਸਕੇ। ਥੋੜ੍ਹਾ ਜਿਹਾ ਇਸ ਬਾਰੇ ਜ਼ਰੂਰ ਚਾਨਣਾ ਪਾਓ ਭਾਅ ਜੀ, ਕੀ ਕਨਸੈਪਟ ਸੀ ਇਸ ਪਿੱਛੇ? ਇਹਦੇ ਪਿੱਛੇ ਤਾਂ ਇਹ ਸੀਗਾ ਜੀ, ਜਿੱਦਾਂ ਨੋਟੀ ਬਾਬਾ ਇਨ ਟਾਊਨ ਜਦੋਂ ਅਸੀਂ ਸ਼ੁਰੂ ਕੀਤਾ 2 ਸਾਲ ਪਹਿਲਾਂ ਤਾਂ ਉਦੋਂ ਜਿਹੜੇ ਪਖੰਡਵਾਦ ਦੇ ਅੰਗੇਸ ਨਾ ਕੈਨੇਡਾ ਦੇ ਵਿੱਚ ਵਾਹਵਾ ਚਰਚਾ ਸੀਗਾ ਜੀ, ਇਹ ਵੀ ਜਿਹੜੇ ਅੰਧ ਵਿਸ਼ਵਾਸ ਹੈ ਲੋਕਾਂ ਦਾ ਬਾਬਿਆਂ ਦੇ ਉੱਤੇ, ਜਿੱਦਾਂ ਆਪਣੇ ਦੱਸੇ ਗੁਰੂ ਸਾਹਿਬਾਨ ਸੀ ਉਹ ਆਪਾਂ ਨੂੰ ਲੜ ਲਾ ਗਏ ਸੀਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ, ਉਹਦੇ ਵਿੱਚ ਜੇ ਲਿਖਿਆ ਵੀ ਅਸੀਂ ਤਾਂ ਦੱਸਿਆ ਵੀ ਜਾਂਦਾ ਵੀ ਆਪਾਂ ਕਿਸੇ ਮੂਰਤੀਵਾਦ ਜਾਂ ਮੂਰਤੀ ਪੂਜਾ ਜਾਂ ਜਿਹੜੇ ਦੇਹਧਾਰੀ ਗੁਰੂ ਨੇ ਇਹਨਾਂ ਨੂੰ ਨਾ ਮੰਨੀਏ ਜੀ। ਤਾਂ ਉਦੋਂ ਉਹ ਚੀਜ਼ ਹੌਟ ਸੀ, ਅਸੀਂ ਉਹ ਚੀਜ਼ ਨੂੰ ਕਲਿੱਕ ਕਰਕੇ ਨਾਲ ਇੱਕ ਪਾਰਟ ਇਹਦੇ ਵਿੱਚ ਰੱਖਿਆ ਜੀ, ਵੀ ਜਿਹੜਾ ਇਹਦੇ ਅੰਗੇ ਜਿਵੇਂ ਇੱਕ ਚੌਂਕੀਦਾਰ ਦਾ ਕੰਮ ਹੁੰਦਾ ਹੋਕਾ ਦੇਣਾ ਜੀ, ਅਸੀਂ ਥਾਂ ਥਾਂ 'ਤੇ ਹੋਕਾ ਦਿੰਦੇ ਫਿਰਦੇ ਹਾਂ ਜੀ, ਜੇ ਸਾਡੇ ਪਿੱਛੇ ਲੱਗ ਕੇ ਇੱਕ ਘਰ ਵੀ ਜਾਗ ਪਿਆ ਜੀ ਤਾਂ ਅਸੀਂ ਉਹਦੇ ਵਿੱਚ ਸਮਝਦੇ ਹਾਂ ਸਾਡੀ ਸਕਸੈਸ ਹੈ ਇਹਦੇ ਵਿੱਚ ਜੀ, ਅਤੇ ਸਾਨੂੰ ਬੜਾ ਵਧੀਆ ਹੁੰਗਾਰਾ ਮਿਲਿਆ ਵੀ ਜੀ। ਪਰ ਸਾਡਾ ਟੋਟਲ ਵਿਸ਼ਾ ਇਹ ਸੀਗਾ ਜਾਂ ਸਾਡਾ ਮਕਸਦ ਇਹ ਸੀ, ਸਾਡਾ ਕੋਈ ਇੱਦਾਂ ਲੈਕਿਨ ਸਟਾਇਰ ਤਾਂ ਚਲੋ ਹਰੇਕ ਚੀਜ਼ ਦੇ ਵਿੱਚ ਹੁੰਦੀ ਹੈ, ਸਟਾਇਰ ਬਹੁਤ ਜ਼ਰੂਰੀ ਹੈ ਸਮਾਜ ਦੇ ਵਿੱਚ ਜਿਹੜੀਆਂ ਕੁਰੀਤੀਆਂ ਨੇ ਉਹਨਾਂ ਨੂੰ ਸਮਝਾਉਣ ਲਈ ਜਾਂ ਸੁਧਾਰਨ ਲਈ, ਪਰ ਸਾਡਾ ਮੇਨ ਮਕਸਦ ਇਹ ਹੈ ਵੀ ਜਿਹੜੀ ਸਟ੍ਰੈਸਫੁੱਲ ਲਾਈਫ ਹੈ ਜਿੱਥੇ ਤੁਹਾਨੂੰ ਆਪਦੀ ਚਿੰਤਾ ਹਰੇਕ ਚੀਜ਼ ਨੂੰ ਪੈਸੇ ਕਮਾਉਣ ਦੀ ਜਾਂ ਨੌਕਰੀ ਦੀ, ਕਿਸੇ ਨੂੰ ਬੱਚਿਆਂ ਦੀ ਸੈੱਟ ਕਰਨ ਦੀ, ਕਿਸੇ ਨੂੰ ਮਦਰ ਫਾਦਰ ਦੀ ਜਾਂ ਕਿਸੇ ਨੂੰ ਕਿਸੇ ਦੀ ਜੀ, ਅਸੀਂ ਉਸ ਚੀਜ਼ ਨੂੰ ਲੈ ਕੇ ਅੱਗੇ ਚੱਲੇ ਸੀ। ਸਾਡਾ ਇਹ ਸੀਗਾ ਵੀ ਅਸੀਂ 2.5 ਘੰਟੇ 2.5-3 ਘੰਟੇ ਨੋਨ ਸਟੋਪ ਕਮੇਡੀ ਕਰੀਏ, ਲਾਈਟ ਹਾਰਟਡ ਇੱਕ ਚੀਜ਼ ਦਈਏ ਜਿਹਦੇ ਤੋਂ ਲੋਕ ਘੱਟੋ ਘੱਟ ਸਾਰਾ ਕੁਛ ਭੁੱਲ ਕੇ ਉਦੋਂ ਮੌਕੇ ਦਾ ਜੀਵਨ ਜਿਉਣ ਵੀ ਹਾਂ ਯਾਰ ਵੀ ਪਤਾ ਹੀ ਨਹੀਂ ਲੱਗਿਆ ਸਾਡੀ ਲਾਈਫ ਦੇ 3 ਘੰਟੇ ਕਿੱਥੇ ਚਲੇ ਗਏ ਜੀ। ਤੇ ਲੋਕਾਂ ਦਾ ਰਿਸਪੌਂਸ ਭਾਜੀ, ਜੋ ਤੁਹਾਨੂੰ ਕੋਈ ਕਹਿੰਦਾ ਕਿ ਇੱਕ ਬਹੁਤ ਹੀ ਨਾਯਾਬ ਤੁਹਾਡੀ ਅਦਾਕਾਰੀ ਰਹੀ ਹੈ, ਤੁਹਾਡੀ ਪੇਸ਼ਕਾਰੀ ਰਹੀ ਹੈ ਇਸ ਦੇ ਵਿੱਚ, ਤੁਹਾਨੂੰ ਕੀ ਲੱਗਦਾ ਕਿ ਤੁਸੀਂ ਕੁਝ ਹੋਰ ਸਕ੍ਰਿਪਟ ਵੀ ਇਦਾਂ ਲਿਖੋਗੇ ਕਿ ਲੋਕਾਂ ਦੇ ਵਿੱਚ ਤੁਸੀਂ ਇੱਕ ਵੱਖੋ ਵੱਖ ਜਿਵੇਂ ਪਾਕਿਸਤਾਨ ਦੇ ਵਿੱਚ ਥੀਏਟਰ ਦੀ ਕਲਾਕਾਰੀ ਅਜੇ ਵੀ ਜਿਉਂਦਾ, ਤੇ ਉਸ ਤਰੀਕੇ ਨਾਲ ਤੁਸੀਂ ਲਾਈਵ ਥੀਏਟਰ ਪੰਜਾਬ ਦੇ ਵਿੱਚ ਵੀ ਸ਼ੁਰੂ ਕਰ ਸਕੋ, ਤੇ ਜਿਵੇਂ ਜਿਵੇਂ ਲਾਈਵ ਸ਼ੋਅ ਹੁੰਦੇ ਹਨ ਤੁਸੀਂ ਟੀਮਾਂ ਵੀ ਕ੍ਰੀਏਟ ਕਰ ਸਕਦੇ ਹੋ, ਇਸ ਬਾਰੇ ਤੁਹਾਡਾ ਕੁਝ ਚੱਲ ਰਿਹਾ ਇਸ ਬਾਰੇ? ਬਿਲਕੁਲ ਬਿਲਕੁਲ 100% ਅਸੀਂ ਗਾਹ ਵਾਲੀ ਸਕ੍ਰਿਪਟ 'ਤੇ ਆਲਰੇਡੀ ਕੰਮ ਮੇਰਾ ਚੱਲ ਰਿਹਾ ਜੀ, ਮੈਂ ਗਾਹ ਵਾਲੀ ਲਿਖ ਵੀ ਰਿਹਾ ਸਕ੍ਰਿਪਟ, ਅਤੇ ਜਿੱਦਾਂ ਦਾ ਸਾਨੂੰ ਪਿਆਰ ਹੁਣ ਤੱਕ ਮਿਲਿਆ ਅਤੇ ਉਹਦੇ ਹਿਸਾਬ ਨਾਲ ਅਸੀਂ ਦੇਖਿਆ ਵੀ ਗਾਹਾਂ ਗਾਹਾਂ ਹੋਰ ਕੰਮ ਕਰੀ, ਕਿਉਂਕਿ ਜਿਉਂ ਜਿਉਂ ਬੰਦਾ ਰਾਈਜ਼ ਕਰਦਾ ਜਿਉਂ ਜਿਉਂ ਉਹਨੂੰ ਥਾਪੀਆਂ ਮਿਲਦੀਆਂ ਨੇ ਨਾ ਘਰ ਵਾਲੇ ਪਾਸੇ ਵੀ ਬਹੁਤ ਵਧੀਆ ਤਾਂ ਹੋਰ ਬਚਨਬੱਧ ਹੋ ਜਾਂਦਾ ਵੀ ਹੋਰ ਵੀ ਵਧੀਆ ਕੰਮ ਕਰੀਏ ਜੀ। ਤਾਂ ਉਸ ਤੋਂ ਸਾਨੂੰ ਆਪਦੇ ਆਪ ਨੂੰ ਥੋੜ੍ਹੀ ਜਿਹੀ ਐਂ ਵੀ ਹੈ ਵੀ ਪਰਮਾਤਮਾ ਨੇ ਅਤੇ ਸਾਰੇ ਸਾਡੇ ਦਰਸ਼ਕਾਂ ਨੇ ਇੰਨਾ ਪਿਆਰ ਦਿੱਤਾ ਤਾਂ ਸਾਡਾ ਹੋਰ ਉਹ ਬਣਦਾ ਜੀ, ਫਰਜ਼ ਬਣਦਾ ਵੀ ਹੋਰ ਵਧੀਆ ਕੰਮ ਕਰੀਏ ਅਤੇ ਜ਼ਿਆਦਾ ਵਧੀਆ ਸਕ੍ਰਿਪਟ ਲੈ ਕੇ ਆਈਏ ਅੱਗੇ ਤੁਹਾਨੂੰ। ਅਤੇ ਫਿਲਮਾਂ 'ਚ ਜਿਹੜੀ ਪੰਜਾਬੀ ਫਿਲਮਾਂ 'ਚ ਭਾਜੀ ਇੱਕੋਦਮ ਮਤਲਬ ਆ ਗਈਆਂ, ਮਤਲਬ ਆਪਾਂ ਕਹਿੰਦੇ ਥੋਕ ਵਿੱਚ ਪੰਜਾਬੀ ਫਿਲਮਾਂ ਆ ਵੀ ਰਹੀਆਂ, ਕੁਝ ਕੁ ਚੱਲ ਰਹੀਆਂ, ਕੁਝ ਕੁ ਕਾਫੀ ਸੁਪਰਹਿੱਟ ਜਾ ਰਹੀਆਂ, ਤੁਸੀਂ ਵੀ ਉਹਨਾਂ 'ਚ ਕਈਆਂ 'ਚ ਕੰਮ ਵੀ ਕਰ ਰਹੇ ਹੋ, ਅਤੇ ਤੁਹਾਡਾ ਕੀ ਤਜਰਬਾ ਰਿਹਾ ਪੰਜਾਬੀ ਫਿਲਮਾਂ ਦੇ ਨਾਲੋਂ, ਤੁਹਾਨੂੰ ਕਿਸ ਮਜ਼ਾ ਆ ਰਿਹਾ ਲਾਈਵ ਦੇ ਵਿੱਚ ਜਾਂ ਫਿਲਮਾਂ ਦੇ ਵਿੱਚ ਚੱਲ ਰਿਹਾ ਤੁਹਾਡਾ? ਨਹੀਂ, ਦੋਨੇ ਪਾਰਟ ਵੱਖੋ ਵੱਖਰੇ ਨੇ ਜੀ, ਮੈਂ ਥੀਏਟਰ, ਟੀਵੀ ਅਤੇ ਤਿੰਨੇ ਚੀਜ਼ਾਂ ਨੂੰ ਵੱਖੋ ਵੱਖਰੇ ਤਰੀਕੇ ਨਾਲ ਦੇਖਦਾ ਜੀ, ਮੈਂ ਤਿੰਨਾਂ ਦਾ ਪਾਰਟ ਰਿਹਾ ਕਿਉਂਕਿ ਮੈਂ ਐਵੇਂ ਥੀਏਟਰ ਐਂਡ ਟੈਲੀਵਿਜ਼ਨ ਕੀਤੀ ਹੈ ਜੀ, ਪਹਿਲਾਂ ਮੈਂ ਥੀਏਟਰ ਕਰਦਾ ਸੀਗਾ, ਹੁਣ ਵੀ ਤੁਹਾਡੇ ਸਾਹਮਣੇ ਥੀਏਟਰ ਕਰ ਰਿਹਾ ਜੀ। ਥੀਏਟਰ ਇੱਕ ਇੱਦਾਂ ਦਾ ਚੀਜ਼ ਹੈ ਜੀ, ਥੀਏਟਰ ਦੇ ਵਿੱਚ ਐਕਸਪੋਜ਼ਰ ਬਹੁਤ ਘੱਟ ਹੈ ਜੀ, ਤੁਹਾਡੇ ਸਾਹਮਣੇ 200 ਬੰਦਾ, 400 ਬੰਦਾ, 5,000 ਬੰਦਾ ਜਾਂ 10,000 ਬੰਦਾ ਸੀਮਤ, ਇੱਕ ਸੀਮਤ ਆਡੀਅੰਸ ਹੈ, ਇਹ 'ਚ ਤੁਹਾਨੂੰ ਪੈਸਾ ਬੜਾ ਘੱਟ ਮਿਲਦਾ ਜੀ, ਐਕਸਪੋਜ਼ਰ ਬੜਾ ਘੱਟ ਹੁੰਦਾ, ਪਰ
ਦੈਨ ਇਸ ਤੋਂ ਥੋੜ੍ਹਾ ਲਾਈਟਰ ਜਿਹੜਾ ਥੋੜ੍ਹਾ ਘੱਟ ਥੋੜ੍ਹਾ ਸੌਖਾ ਸੁਖਾਲੀ ਚੀਜ਼ ਹੈ, ਥੋੜ੍ਹਾ ਜਿਹਾ ਪੈਸਾ ਵੀ ਥੋੜ੍ਹਾ ਜਿਹਾ ਉਹਦੇ 'ਚ ਵੱਧ ਮਿਲਦਾ ਜੀ, ਉਹ ਹੈਗਾ ਟੀ ਵੀ, ਜਿੱਥੇ ਤੁਸੀਂ ਰੀਟੇਕ ਵੀ ਹੈ, ਤੁਸੀਂ ਵਧੀਆ ਨਹੀਂ ਕੀਤਾ ਫਿਰ ਕਹਿ ਸਕਦੇ ਵਧੀਆ ਦੁਬਾਰਾ ਕਰ ਲਈਏ ਜੀ, ਉਹ ਥੋੜ੍ਹਾ ਐਕਸਪੋਜ਼ਰ ਜ਼ਿਆਦਾ, ਲੋਕ ਤੁਹਾਨੂੰ ਜ਼ਿਆਦਾ ਉਸ ਨਾਲ ਦੇਖਦੇ ਨੇ ਜੀ ਜੀ, ਅਤੇ ਉਸ ਤੋਂ ਜ਼ਿਆਦਾ ਜਿੱਥੇ ਐਕਸਪੋਜ਼ਰ ਬਹੁਤ ਜ਼ਿਆਦਾ ਹੈ, ਪੈਸਾ ਬਹੁਤ ਜ਼ਿਆਦਾ ਹੈ ਅਤੇ ਮਿਹਨਤ ਬਹੁਤ ਘੱਟ ਕਰਨੀ ਪੈਂਦੀ ਹੈ ਜੀ, ਜਿੱਥੇ ਤੁਸੀਂ ਰੀਟੇਕ ਕਿੰਨੇ ਤੁਸੀਂ ਆਪਣੇ ਆਪ 'ਚ ਪਰਫੋਰਮੈਂਸ ਦੇ ਕੰਸਨਟਰੇਟ ਕਰ ਸਕਦੇ ਹੋ, ਤੁਹਾਨੂੰ ਇਕੱਲਾ ਡਾਇਰੈਕਟਰ ਤੁਹਾਡੇ ਵਿੱਚ ਹੁੰਦਾ ਬਕਾਇਦਾ ਤੂੰ ਇੱਦਾਂ ਕਰ ਤੂੰ ਇੱਦਾਂ ਕਰਦਾ, ਤੁਹਾਡੇ ਕਿੰਨੇ ਬੰਦੇ ਜੁੜੇ ਹੁੰਦੇ ਜੀ, ਉਹ ਹੈ ਸਿਨੇਮਾ ਜੀ, ਅਤੇ ਪੰਜਾਬੀ ਸਿਨੇਮਾ ਮੈਂ ਕਹਿੰਦਾ ਜੀ ਅੱਜ ਤੱਕ ਹੁਣ ਜਿਹੜਾ ਚੱਲ ਰਿਹਾ ਅੱਜ ਕੱਲ੍ਹ ਤਾਂ ਬੁਲੰਦੀਆਂ 'ਤੇ ਹੈ ਜੀ, ਪਰਮਾਤਮਾ ਨੇ ਬਾਂਹ ਫੜੀ ਆ ਪੰਜਾਬੀ ਸਿਨੇਮਾ ਦੀ, ਪੰਜਾਬੀ ਮਾਂ ਬੋਲੀ ਦੀ, ਅਤੇ ਬਹੁਤ ਵੱਡੇ ਬਜਟ ਦੀਆਂ ਮੂਵੀਆਂ ਲਾਈਕ ਜਿੱਦਾਂ ਸਾਊਥ ਦੀਆਂ ਮੂਵੀਜ਼ ਆਪਾਂ ਦੇਖਦੇ ਹਾਂ ਜੀ, ਅਤੇ ਬਾਲੀਵੁੱਡ ਦੇ ਵੀ ਕਈ ਇੱਦਾਂ ਦੇ ਸਟਾਰ ਹੈਗੇ ਨੇ ਜਾਂ ਪ੍ਰੋਡਕਸ਼ਨ ਹਾਊਸਿਸ ਹੈਗੇ ਨੇ ਜਾਂ ਡਾਇਰੈਕਟਰ ਹੈਗੇ ਨੇ ਜਿਹੜੇ ਪੰਜਾਬੀ ਨੂੰ ਪੰਜਾਬੀ ਦੇ ਵਿੱਚ ਆਪਣੇ ਪ੍ਰੋਡਕਸ਼ਨ ਚਲਾਉਣੀਆਂ ਚਲਾਉਂਦੇ ਨੇ, ਸ਼ੁਰੂ ਕਰਨੀਆਂ ਚਾਹੁੰਦੇ ਨੇ ਜਾਂ ਪੰਜਾਬੀ ਫਿਲਮਾਂ ਬਣਾਉਣੀਆਂ ਚਾਹੁੰਦੇ ਨੇ, ਇਸ ਕਰਕੇ ਮੈਂ ਸਮਝਦਾ ਵੀ ਪੰਜਾਬੀ ਸਿਨੇਮਾ ਗਰੋ ਕਰ ਗਿਆ ਜੀ, ਕਰ ਰਿਹਾ। ਭਾਅ ਜੀ ਜਿਵੇਂ ਤੁਸੀਂ ਲਿਖਿਆ ਖੁਦ ਸੁਣ ਲਿਓ, ਤੁਸੀਂ ਲਿਖਿਆ ਡਾਇਰੈਕਟ ਵੀ ਕੀਤਾ, ਤੁਸੀਂ ਕੀ ਤੁਹਾਡਾ ਅੱਗੇ ਪ੍ਰੋਜੈਕਟ ਹੈ ਕਿ ਤੁਸੀਂ ਕੋਈ ਫਿਲਮ ਵੀ ਵੱਡੇ ਸਿਲਵਰ ਸਕਰੀਨ ਜਿਹੜੀ ਤੁਸੀਂ ਕਰ ਸਕੋ ਡਾਇਰੈਕਟ ਜਾਂ? ਹਜੇ ਤੱਕ ਸੋਚਿਆ ਤਾਂ ਹੈ ਨਹੀਂ ਜੀ, ਪਰ ਮੈਨੂੰ ਬਹੁਤ ਨਾਲ ਦੇ ਕਹਿੰਦੇ ਨੇ, ਪਰ ਮੈਂ ਉਹੋ ਜਿਹਾ ਬੰਦਾ ਨਹੀਂ ਹੈਗਾ ਜਿਹੜਾ ਨਾਲ ਦੇ ਕਹਿਣ ਵਾਲੇ, ਕਈ ਵਾਰੀ ਚਾਰ ਬੰਦੇ ਤੁਹਾਡੇ ਨਾਲ ਦੇ ਕਹਿੰਦੇ ਨੇ ਵੀ ਤੂੰ ਤਾਂ ਬੜਾ ਸੋਹਣਾ ਗਾਉਣਾ ਗਾ ਵੀ, ਹੈ ਨਾ, ਕੈਸਟ ਕਿਹੜਾ, ਮੈਂ ਉਹੋ ਜਿਹਾ ਨਹੀਂ ਹੈਗਾ। ਜਿੱਦਣ ਮੈਨੂੰ ਪਰਪੱਕ ਆਪਣੇ ਆਪ ਨੂੰ ਲੱਗਿਆ ਜੀ ਮੈਂ  100% ਕਲੈਰਿਟੀ ਮੇਰੀ ਇਕੱਲੀ ਇਕੱਲੀ ਚੀਜ਼ ਨੂੰ ਲੈ ਕੇ ਹੈਗੀ ਹੈ, ਮੈਂ ਡਾਇਰੈਕਟ ਕਰ ਸਕਦਾ ਤਾਂ ਜ਼ਰੂਰ ਕਰੂੰਗਾ, ਮੇਰੀ ਆਪਣੀ ਦਿਲੀ ਇੱਛਾ ਤਾਂ ਜ਼ਰੂਰ ਹੈਗੀ, ਮੈਂ ਕਰੂੰਗਾ ਜੀ ਕਦੇ। ਕੀ ਤੁਹਾਡਾ ਦਿਲ ਕਰਦਾ ਕਿ ਜਿਵੇਂ ਮਤਲਬ ਪਾਕਿਸਤਾਨ ਦੇ ਵਿੱਚ ਜਾ ਕੇ ਤੁਸੀਂ ਪਰਫੋਰਮ ਕਰੋ, ਆਪਣਾ ਇੱਕ ਮਤਲਬ ਹਿੰਦੁਸਤਾਨ ਦਾ ਹੀ ਦੇਸ਼ ਹੈ ਜਿਵੇਂ ਪਹਿਲਾਂ ਇਕੱਠ ਹੋਇਆ, ਉੱਥੇ ਵੀ ਪੰਜਾਬੀ ਨੂੰ ਲੋਕ ਸਮਝਦੇ ਆ, ਬਿਲਕੁਲ ਪੰਜਾਬ ਆਪਣਾ ਲਾਈਵ ਥੀਏਟਰ ਚੱਲਦਾ ਉੱਥੇ ਵੀ, ਬਿਲਕੁਲ ਜੀ। ਤੇ ਤੁਹਾਨੂੰ ਕਿਤੇ ਉੱਥੋਂ ਦੀ ਅਪਰੋਚ ਵੱਜੀ ਕਿ ਅਸੀਂ ਪਾਕਿਸਤਾਨ ਦੇ ਵਿੱਚ ਵੀ ਇੱਕ ਮਤਲਬ ਨਵਾਂ ਇਤਿਹਾਸ ਰਚਾ ਜਾਣਾ ਕਿ 100% ਅਸੀਂ ਜਿੱਦਣ ਗਏ ਜੀ, ਸਾਡੇ ਇੰਨੀ ਕੁ ਆਪਦੇ ਆਪ 'ਚ ਸੋਚਿਆ ਤਾਂ ਹੈਗਾ ਜੀ ਫਿਲਹਾਲ, ਬਾਕੀ ਪਰਮਾਤਮਾ ਨੂੰ ਪਤਾ ਕਰਨਾ ਕਿ ਉਹ ਕਾਫੀ ਟੀਮਾਂ ਉੱਥੋਂ ਆਉਂਦੀਆਂ ਥੀਏਟਰ। ਐਗਜੈਕਟਲੀ ਉੱਥੇ ਜਦੋਂ ਮੈਂ ਦੇਖਿਆ ਜੀ, ਮੈਂ ਤੁਸੀਂ ਪਾਕਿਸਤਾਨੀ ਪਲੇਸ ਵਗੈਰਾ ਦੇਖੇ ਹੋਣਗੇ, ਉੱਥੇ ਸਿਰਫ ਮੇਲ ਆਉਂਦੇ ਨੇ ਜੀ, ਉਹ ਥੋੜੀ ਦੋ ਅੱਖੀ ਸ਼ਬਦਾਵਲੀ ਹੁੰਦੀ ਹੈ। ਐਗਜੈਕਟਲੀ ਜੀ, ਸਾਡਾ ਉਦੋਂ ਦਾ ਬਿਲਕੁਲ ਨਹੀਂ ਹੈਗਾ ਜੀ, ਪਰ ਮੈਂ ਜਿੱਦਣ ਅਸੀਂ ਗਏ, ਐਕਸਕਿਊਜ਼ ਮੀ, ਤਾਂ ਅਸੀਂ ਇਹ ਚਾਹੁੰਦੇ ਹਾਂ ਵੀ ਉੱਦਣ ਉੱਥੇ ਫੈਮਿਲੀਜ਼ ਆਉਣੀਆਂ ਸ਼ੁਰੂ ਹੋ ਜਾਣਗੀਆਂ ਘੱਟੋ ਘੱਟੋ ਸਾਡੇ ਤੋਂ, ਆਹ ਸੇਧ ਜ਼ਰੂਰ ਲੈ ਲੈਣ, ਪਰ ਅਸਲ ਦੇ ਵਿੱਚ ਜਿਹੜੇ ਉਹ ਆਰਟਿਸਟ ਨੇ ਉਹ ਜਿਹੇ ਅਸੀਂ ਉਹਨਾਂ ਦੇ ਪੈਰਾਂ ਬਰਾਬਰ ਵੀ ਨਹੀਂ ਹੈਗੇ ਜੀ। ਹਾਂ, ਕਿਉਂਕਿ ਉਹ ਜਿਹੜਾ ਪੁਰਾਣਾ ਸੀ ਉਹ ਸਹੀ ਸੀ, ਥੋੜ੍ਹਾ ਜਿਹਾ ਨਵਿਆਂ ਨੇ ਆ ਕੇ ਥੋੜ੍ਹਾ ਜਿਹਾ ਉਹਦੇ ਵਿੱਚ ਕਰ ਜੀ, ਬਟ ਇੱਕ ਮਾਨ ਦੀ ਗੱਲ ਹੈ ਕਿ ਜੇ ਅਸੀਂ ਉੱਥੇ ਜਾ ਕੇ ਅਸੀਂ ਆਪਣੇ ਆਪ ਨੂੰ ਇਹ ਸੋਚਦੇ ਹਾਂ ਵੀ ਅਸੀਂ ਉੱਦਾਂ ਦੇ ਜਿਹੜੇ ਜਿੱਦਾਂ ਦੇ ਉਹਨਾਂ ਦੇ ਸਪੋਂਟੇਨਸਲੀ ਹੈ, ਜਿਵੇਂ ਇੱਕਦਮ ਸਪੋਂਟੇਨਸਲੀ ਉਹ ਗੱਲ ਕਰ ਜਾਂਦੇ ਨੇ ਜਾਂ ਜਿੱਦਾਂ ਦੇ ਬੜੇ ਵਧੀਆ ਜੁੱਤੀਆਂ ਮਿਲਾ ਕੇ ਰਹੇ ਨੇ, ਹਾਂਜੀ ਅਸੀਂ ਉੱਦਾਂ ਦੇ ਬਣ ਜੀ ਜੀ, ਸਾਡੇ ਵਾਲਾ ਉਹ ਅਸੀਂ ਇੱਕ ਚੀਜ਼ ਲੈ ਲੈਣ ਵੀ ਹਾਂ ਫੈਮਲੀਆਂ ਬਹਿ ਕੇ ਦੇਖਣ ਲੱਗ ਜਾਣ ਤਾਂ ਉਹਨਾਂ ਵਰਗਾ ਉਹਨਾਂ ਦਾ ਤੋੜ ਹੀ ਹੈ ਨਹੀਂ ਜੀ ਜੀ। ਸੋ ਅੱਗੇ ਤੁਹਾਡਾ ਕੋਈ ਹੋਰ ਨਵੇਂ ਪ੍ਰੋਜੈਕਟ ਜਾਂ ਨਵੀਆਂ ਫਿਲਮਾਂ ਭਾਜੀ ਆ ਰਹੀਆਂ ਹੋਣ ਤਾਂ? ਇੱਕ ਤਾਂ ਹੁਣ ਸਾਡੀ 11 ਮਈ ਨੂੰ ਸਾਡੀ ਰਿਲੀਜ਼ ਹੋ ਰਹੀ ਹੈ ਜੀ ਟੌਰ ਮਿੱਤਰਾਂ ਦੀ, ਅਮਰਿੰਦਰ ਗਿੱਲ ਐਂਡ ਰਣਵਿਜੇ ਉਹਦੇ ਵਿੱਚ ਹੈਗੇ ਨੇ ਜੀ, ਅਤੇ ਬਾਕੀ 4-5 ਪ੍ਰੋਜੈਕਟ ਹੋਰ ਚੱਲ ਰਹੇ ਨੇ, ਜਿੱਦਾਂ ਹੁਣ ਅਸੀਂ ਕੀਤੀ ਹੈ ਜੀ ਭੱਲਾ ਸਾਹਿਬ ਨੇ, ਬੀ ਐਨ ਸ਼ਰਮਾ ਜੀ ਨੇ, ਕੀਪੀ ਗਰੇਵਾਲ ਹੈ ਜੀ, ਜਸਮੀਪ ਕੰਗ ਨੇ ਡਾਇਰੈਕਟ ਕੀਤੀ ਹੈ ਜੀ, ਉਹ ਕੈਰੀ ਔਨ ਜੱਟਾ ਜੀ ਜੀ, ਅਤੇ ਉਹ ਵੀ ਤੁਹਾਨੂੰ ਅਗਸਤ ਦੇ ਵਿੱਚ ਦੇਖਣ ਨੂੰ ਮਿਲੂਗੀ ਜੀ। ਤੇ ਭਾਜੀ ਕਿਰਦਾਰ ਤੁਹਾਡੇ ਕਿਸ ਤਰੀਕੇ ਦੇ ਆ ਰਹੇ ਆ, ਮਜ਼ਾਕੀ ਆ ਰਹੇ ਜਾਂ ਸੀਰੀਅਸ ਆ ਰਹੇ? ਜ਼ਿਆਦਾ ਹੁਣ ਮਜ਼ਾਕੀ ਆ, ਪਸੰਦ ਕਰਨ ਲੱਗੇ ਜੀ, ਤੁਹਾਨੂੰ ਪਸੰਦ ਕਰ ਰਿਹਾ ਸ਼ਿੰਗਾਰਾ ਦਾ ਰੋਲ ਵੀ ਤੁਹਾਡਾ ਜੱਜਿਆ, ਬਟ ਤੁਹਾਡਾ ਮਤਲਬ ਠੀਕ, ਬਟ ਉਦੋਂ ਜਿਹੜੀ ਕਮੇਡੀ ਰੋਲ ਸੀ ਤੁਹਾਡਾ ਚੰਗਾ ਜ਼ਿਆਦਾ, ਹਾਂ ਜ਼ਿਆਦਾ ਲਾਈਕ ਕੀਤਾ ਜੀ, ਪਰ ਮੈਂ ਆਪਦੇ ਆਪ ਵਿੱਚ ਮੈਂ ਆਪਦੇ ਆਪ ਨੂੰ ਜ਼ਿਆਦਾ ਮੈਂ ਕਮੇਡੀਅਨ ਸਮਝਦਾ ਨਹੀਂ, ਮੈਂ ਐਕਟਰ ਹਾਂ ਜੀ, ਮੈਂ ਤੋਂ ਜੋ ਮਰਜ਼ੀ ਕਰਾ ਲਓ ਕਰਾ ਤਾਂ ਜਿਹੜਾ ਮਰਜ਼ੀ ਲਓ, ਪਰ ਮੈਂ ਇਹ 'ਚ ਥੋੜ੍ਹਾ ਝਿਜਕਦਾ ਰਹਿਣਾ ਕਮੇਡੀ 'ਚ, ਮੈਨੂੰ ਲੱਗਦਾ ਨਹੀਂ ਵੀ ਮੈਂ ਵਧੀਆ ਕਰ ਲੈਣਾ ਜੀ, ਪਰ ਲੋਕਾਂ ਹੋ ਜਾਂਦੀ ਹੈ ਭਾਜੀ, ਮਤਲਬ ਗੱਲ ਇਹ ਵੀ ਤੁਹਾਡੇ ਕੋਲ ਹੋ ਜਾਂਦੀ ਹੈ। ਹਾਂਜੀ ਹਾਂਜੀ, ਅਤੇ ਮੈਂ ਐਕਚੁਅਲੀ ਵਿਲਨ ਕਰਨਾ ਜ਼ਿਆਦਾ ਪਸੰਦ ਕਰਦਾ, ਮੈਨੂੰ ਐਵੇਂ ਉਹ ਬੜਾ ਵਧੀਆ ਅੱਖਾਂ ਅੱਖਾਂ 'ਚ ਕੱਢ ਕੇ ਚਲੋ ਚਾਰ ਗਾਲਾਂ ਕੱਢ ਦਿਓ ਇੱਧਰੋਂ ਉੱਧਰੋਂ ਬੰਦਾ ਚੱਕ ਲਓ, ਹਾਂਜੀ ਉਹ ਥੋੜ੍ਹਾ ਜ਼ਿਆਦਾ ਵਧੀਆ ਲੱਗਦਾ ਜੀ। ਸੋ ਦੋਸਤੋ, ਇਹਨਾਂ ਗੱਲਾਂ ਦੇ ਨਾਲ ਹੀ ਅਸੀਂ ਸਾਡੇ ਬਿਨੂ ਢਿੱਲੋਂ ਜੀ ਤੋਂ ਇਜਾਜ਼ਤ ਲਵਾਂਗੇ, ਅਤੇ ਇਹਨਾਂ ਨੂੰ ਅਸੀਂ ਬਹੁਤ ਹੀ ਸ਼ੁਭਕਾਮਨਾਵਾਂ ਦੇਵਾਂਗੇ ਇਹਨਾਂ ਦੇ ਅਗਲੇ ਆਉਣ ਦੇ ਲਈ, ਫਿਲਮਾਂ ਦੇ ਲਈ। ਸੋ ਦੋਸਤੋ, ਇਸੇ ਤਰੀਕੇ ਨਾਲ ਹੀ ਤੁਹਾਡਾ ਇਹ ਮਨੋਰੰਜਨ ਕਰਦੇ ਰਹਿਣਗੇ ਸਾਰੀ ਦੁਨੀਆ ਦੇ ਵਿੱਚ, ਨੋਟੀ ਬਾਬਾ ਇਨ ਟਾਊਨ ਤੁਹਾਡੇ ਦੇਸ਼ਾਂ ਦੇ ਵਿੱਚ ਵੀ ਪਹੁੰਚੂਗਾ ਦੋਸਤੋ। ਸੋ ਇਹਨਾਂ ਦੀ ਉਮੀਦ ਹੈ ਕਿ ਇਹ ਅੱਗੇ ਵੀ ਨਵਾਂ ਜਿਹੜੀ ਲਿਖ ਰਹੇ ਨਾਟਕ, ਇਹ ਵੀ ਤੁਹਾਡੀ ਨਜ਼ਰਾਂ ਦੇ ਅੱਗੇ ਪੇਸ਼ ਕਰਨਗੇ ਦੋਸਤੋ। ਸੋ ਅਸੀਂ ਧੰਨਵਾਦ ਕਰਦੇ ਹਾਂ ਬਿਨੂ ਜੀ ਦਾ, ਬਹੁਤ ਬਹੁਤ ਧੰਨਵਾਦ ਬਿਨੂ ਜੀ। ਥੈਂਕ ਯੂ ਸੋ ਮਚ ਜੀ, ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ।